ਪਟਿਆਲਾ ਦੇ ਨੇੜੇ ਦੇਵੀਗੜ੍ਹ ਵਿੱਚ ਪੈਂਦੇ ਪਿੰਡ ਹਾਜੀਪੁਰ ਦੇ ਗੁਰਦੁਆਰਾ ਸਾਹਿਬ ਵਿੱਚ ਪੱਖੇ ਨੂੰ ਗਰਮੀ ਕਾਰਨ ਲੱਗੀ ਅੱਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਅਗਨਪੇਟ ਹੋ ਗਏ। ਮੌਕੇ ਤੇ ਪਹੁੰਚੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਤੋਂ ਸਿੰਘਾਂ ਨੇ ਪੂਰੀ ਮਰਿਆਦਾ ਨਾਲ ਪਾਵਨ ਸਰੂਪ ਆਪਣੇ ਨਾਲ ਲੈ ਗਏ। SHO ਜੁਲਕਾ ਨੇ ਦੱਸਿਆ ਕਿ ਪਿੰਡ ਵਿੱਚ ਮਾਹੌਲ ਸ਼ਾਂਤੀ ਵਾਲਾ ਹੈ। ਪਿੰਡ ਵਾਲਿਆਂ ਨੇ ਮੌਕਾ ਦੇਖ ਕੇ ਮੰਨਿਆ ਕਿ ਇਹ ਵਾਕਈ ਇੱਕ ਮੰਦਭਾਗੀ ਘਟਨਾ ਹੈ। ਹਾਂਜੀ ਸਰ, ਅੱਜ ਜਿਹੜਾ ਹਾਜੀਪੁਰ ਦੇ ਵਿੱਚ ਮਾਮਲਾ ਆਇਆ ਗੁਰੂ ਗ੍ਰੰਥ ਸਾਹਿਬ ਦੇ ਅਗਨ ਭੇਟ ਦਾ, ਉਹਦੇ ਬਾਰੇ ਕੀ? ਇਹ ਹਾਜੀਪੁਰ ਦੇ ਪਿੰਡ ਦੇ ਬਾਹਰਲੀ ਸਾਈਡ ਇੱਕ ਗੁਰਦੁਆਰਾ ਸਾਹਿਬ ਸ਼੍ਰੀ ਅਕਾਲਗੜ੍ਹ ਸਾਹਿਬ ਨੇ, ਉਹਦੇ ਅੰਦਰ ਜਿਹੜੇ ਗ੍ਰੰਥੀ ਸਿੰਘ ਸੀ ਉਹ ਵੀ ਅੰਦਰ ਹੀ ਰਹਿੰਦੇ ਸੀ। ਅੱਜ ਦੁਪਹਿਰੇ ਕਰੀਬ ਸਾਨੂੰ ਇਨਫੋਰਮੇਸ਼ਨ ਆਈ ਸੀ ਵੀ ਉੱਥੇ ਜਿਹੜੇ ਗੁਰੂ ਘਰ ਦੇ ਅੰਦਰ ਅੱਗ ਲੱਗ ਗਈ ਹੈ। ਫਿਰ ਜਦੋਂ ਜਾ ਕੇ ਦੇਖਿਆ ਉੱਥੇ ਇੱਕ ਪਲਾਸਟਿਕ ਦਾ ਜਿਹੜਾ ਪੱਖਾ ਹੁੰਦਾ ਪਿੱਛੇ ਲੱਗਿਆ ਹੋਇਆ ਸੀਗਾ, ਜਿਹੜਾ ਗਰਮ ਹੋ ਕੇ ਜਦੋਂ ਪਿਘਲ ਕੇ ਗਿਰਿਆ ਤਾਂ ਉਸ ਤੋਂ ਅੱਗੇ ਜਿਹੜੀ ਆ ਉਹ ਕਾਰਪੇਟ ਤੋਂ ਅੱਗ ਅੱਗੇ ਗੁਰੂ ਗ੍ਰੰਥ ਸਾਹਿਬ ਤੱਕ ਪਹੁੰਚ ਗਈ, ਜਿਹਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਕਾਫ਼ੀ ਨੁਕਸਾਨ ਹੋਇਆ, ਉਹਨਾਂ ਦੇ ਅੰਗਾਂ ਨੂੰ ਕਾਫ਼ੀ ਨੁਕਸਾਨ ਹੋਇਆ। ਅਤੇ ਇਹ ਸਾਰਾ ਮਾਮਲਾ ਜਿਹੜਾ ਪਿੰਡ ਵਾਲੇ ਦੇ ਦੱਸਣ ਮੁਤਾਬਕ ਜਾਂ ਗ੍ਰੰਥੀ ਸਿੰਘ ਦੇ ਦੱਸਣ ਮੁਤਾਬਕ ਜਿਹੜਾ ਸ਼ਾਰਟ ਸਰਕਟ ਹੋਣ ਨਾਲ ਹੋਇਆ। ਐਚਿੰਡਰ ਸਾਹਿਬ, ਹੁਣ ਮਾਹੌਲ ਕਿਵੇਂ ਉੱਥੇ ਤੁਸੀਂ ਜਾ ਕੇ? ਹਾਂ, ਉੱਥੇ SGPC ਮੈਂਬਰ ਦੁੱਖ ਨਿਵਾਰਨ ਸਾਹਿਬ ਤੋਂ ਜਿਹੜੇ ਟੀਮ ਆ ਗਏ ਸੀ ਸਾਰੇ ਗ੍ਰੰਥੀ ਸਿੰਘ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਕਬਜ਼ੇ 'ਚ ਲੈ ਗਏ, ਮਰਿਆਦਾ ਅਨੁਸਾਰ ਉਹਨੂੰ ਦੁੱਖ ਨਿਵਾਰਨ ਸਾਹਿਬ ਲੈ ਗਏ ਅਤੇ ਬਾਕੀ ਮਾਹੌਲ ਪੀਸਫੁੱਲ ਆ, ਕੋਈ ਇਹੋ ਜਿਹੀ ਗੱਲ ਨਹੀਂ। ਨਿਰਪੱਖ ਪੋਸਟ ਲਈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ।